ਸਾਨਾ ਗੁਰਾਕੇ ਇਸ ਤੇ ਕਹਿਦਾ ਕਹਿਣਾ ਕਿ ਦੀਪ ਸਿੱਧੂ ਦੀ ਗ੍ਰਿਫਤਾਰੀ ਹੋਈ ਹੈ ਇਹ ਠੀਕ ਗੱਲ ਹੈ ਚੰਗੀ ਗੱਲ ਹੈ ਲਾਲ ਕਿਲੇ ਇਸ ਨੂੰ ਕੌਣ ਲੈ ਕੇ ਗਿਆ ਸੀ ਔਰ ਇਸ ਦਾ ਹਿੰਸਾ ਦੇ ਵਿੱਚ ਕਿਸ ਦੇ ਇਸ਼ਾਰੇ ਤੇ ਇਹ ਕਾਰਵਾਈ ਗਈ ਦੀਪ ਸਿੱਧੂ ਕਿਸ ਦਾ ਮੋਰ ਹੈ ਇਹ ਸਭ ਦੀ ਜਾਂਚ ਹੋਣੀ ਚਾਹੀਦੀ ਹੈ ਜੇ ਹੋਗਾ ਕੇਸ ਰਜਿਸਟਰ ਹੋ ਆ ਉਹ ਕਾਮਯਾਬ ਕਰੋ ਢੋਂਡ ਲਿਆ ਉਹ ਉਸकी ਜਾਂਚ ਹੋਣੀ ਚਾਹੀਏ ਨਾ ਕਿ ਕੌਣ ਲੈ ਕੇ ਗਿਆ ਵਹਾਂ ਪਰ ਜਾਂਚ ਹੋਣੀ ਚਾਹੀਦੀ ਹੈ ਪਰ ਪੂਰੇ ਪ੍ਰਕਰਨ ਦੀ ਜਾਂਚ ਹੋਗੀ ਔਰ ਜਾਂਚ ਪੇ ਹੀ ਕੋਈ ਕਾਰਵਾਈ ਹੋਵੇ